ਸਤਿ ਸ਼੍ਰੀ ਅਕਾਲ, ਅਜੀਤ ਵੈਬ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਇੰਦਰਪ੍ਰੀਤ ਕੌਰ ਪੰਨੂ ਤੇ ਮੈਂ ਹਾਂ ਪਰਮਜੀਤ ਸੈਣੀ ਤੁਹਾਡੇ ਨਾਲ। ਇੱਕ ਵਾਰ ਫਿਰ ਤੋਂ ਹਾਜ਼ਰ ਆ ਪ੍ਰੋਗਰਾਮ ਪੰਜਾਬ ਇਸ ਹਫਤੇ ਦੇ ਨਾਲ। ਆਓ ਸੁਣਾਨੇ ਆ ਪੰਜਾਬ ਦਾ ਹਾਲ। ਹਫਤੇ ਦੀ ਸ਼ੁਰੂਆਤ ਤੇ ਅਖੀਰ ਵਿੱਚ ਚਰਚਾ ਵਿੱਚ ਰਿਹਾ ਮੰਤਰੀ ਮੰਡਲ ਦਾ ਵਿਸਥਾਰ। 9 ਨਵੇਂ ਜਰਨੈਲਾਂ ਕਾਰਨ ਕਈ ਕਾਂਗਰਸੀ ਨੇਤਾ ਹੋਏ ਕੈਪਟਨ ਸਾਹਿਬ ਤੋਂ ਨਾਰਾਜ਼। ਰੁੱਸਿਆਂ ਨੂੰ ਮਨਾਉਣ ਵਿੱਚ ਜੁਟੀ ਕਾਂਗਰਸ। ਬਾਗਾ ਬਾਰਡਰ ਤੇ ਪਾਕਿਸਤਾਨੀ ਕ੍ਰਿਕਟਰ ਹਸਨ ਅਲੀ ਨੇ ਕੀਤੀ ਨਾਪਾਕ ਹਰਕਤ। ਰਿਟ੍ਰੀਟ ਸੈਰੇਮਨੀ ਦੇ ਦੌਰਾਨ ਹਸਨ ਅਲੀ ਨੇ ਭਾਰਤੀ ਦਰਸ਼ਕਾਂ ਤੇ BSF ਦੇ ਜਵਾਨਾਂ ਨੂੰ ਵੇਖ ਕੇ ਕੀਤੇ ਉਕਸਾਵੇ ਭਰੇ ਇਸ਼ਾਰੇ। ਹਸਨ ਅਲੀ ਦੀ ਇਸ ਹਰਕਤ ਤੋਂ ਨਾਰਾਜ਼ ਭਾਰਤੀ ਜਵਾਨਾਂ ਨੇ ਪਾਕਿਸਤਾਨੀ ਰੇਂਜਰਾਂ ਨੂੰ ਕੀਤੀ ਸ਼ਿਕਾਇਤ। ਅੰਮ੍ਰਿਤਸਰ ਤੋਂ ਦਿੱਲੀ ਜਾ ਰਹੇ ਜਹਾਜ਼ ਦੀ ਉਡਾਨ ਦੇ ਦੌਰਾਨ ਖਿੜਕੀ ਖੁੱਲੀ। ਖਿੜਕੀ ਕੋਲ ਬੈਠੀ ਮਹਿਲਾ ਬਾਲ-ਬਾਲ ਬੱਚੀ, ਯਾਤਰੀਆਂ ਦੇ ਵਿੱਚ ਡਰ ਦਾ ਮਾਹੌਲ, ਵੱਡੀ ਘਟਨਾ ਹੋਣ ਤੋਂ ਟਲੀ। ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੇ 12ਵੀਂ ਜਮਾਤ ਦੇ ਨਤੀਜੇ ਐਲਾਨੇ। ਸਿਰਫ 65% ਬੱਚੇ ਹੀ ਹੋਏ ਪਾਸ। ਇਸ ਵਾਰ ਨਤੀਜਿਆਂ ਦਾ ਪੱਧਰ ਡਿੱਗਿਆ। ਫੇਲ ਹੋਣ ਵਾਲਿਆਂ ਦੇ ਵਿੱਚ ਮੁੰਡਿਆਂ ਦੀ ਗਿਣਤੀ ਵਧੇਰੀ। UPSC ਵੱਲੋਂ ਪ੍ਰੀਖਿਆਵਾਂ ਦੇ ਨਤੀਜੇ ਗਏ ਐਲਾਨੇ। ਲੁਧਿਆਣਾ, ਜਲੰਧਰ, ਕਪੂਰਥਲਾ ਦੇ ਵਿਦਿਆਰਥੀਆਂ ਨੇ ਮਾਰੀ ਬਾਜ਼ੀ। ਸਰ, ਬਹੁਤ ਹੀ ਜ਼ਿਆਦਾ ਇਹ ਕੰਪੈਟੀਟਿਵ ਐਗਜ਼ਾਮੀਨੇਸ਼ਨ ਹੈ, ਬਹੁਤ ਕੰਪੈਟੀਟਿਵ ਹੋ ਗਿਆ ਹੈ ਔਰ ਵੇਕੈਂਸੀਜ਼ ਕਮ ਹੋ ਰਹੀ ਹੈਂ, ਕੱਟ ਆਫ ਬਹੁਤ ਜ਼ਿਆਦਾ ਬੜ੍ਹਤੀ ਜਾ ਰਹੀ ਹੈਂ, ਤੋ ਇਸਮੇ ਤੋ 100% ਫੋਕਸ ਕੀ ਜ਼ਰੂਰਤ ਹੈ। ਆਪਕੋ ਥੋੜ੍ਹਾ ਸਾ 1.5-2 ਸਾਲ ਆਪਕੋ ਤਪੱਸਿਆ ਕਰਕੇ ਸਭ ਕੁਛ ਛੋੜ ਕਰ ਏਕਦਮ ਆਪਣਾ ਫੋਕਸਡ ਪੜ੍ਹਾਈ ਪੇ ਧਿਆਨ, ਉਸਕੇ ਬਿਨਾ ਮੁਝੇ ਲਗਤਾ ਹੈ ਕਿ ਨਹੀਂ ਹੋ ਪਾਏਗਾ, ਕਿਉਂਕਿ ਏਕ ਨੰਬਰ ਸੇ ਆਪਕਾ ਰੈਂਕ ਹਿਲ ਜਾਤਾ ਹੈ, ਆਪਕੀ ਸਰਵਿਸ ਹਿਲ ਜਾਤੀ ਹੈ। ਤੋ 100% ਫੋਕਸ, ਆਪਣੇ ਆਪ ਮੇਂ ਵਿਸ਼ਵਾਸ ਰੱਖੀਏ ਔਰ ਮਿਹਨਤ ਕੀਜੀਏ ਔਰ ਪੇਸ਼ੈਂਸ ਰੱਖੀਏ। ਲੰਬਾ ਐਗਜ਼ਾਮ ਹੈ, ਆਪਣਾ ਮੋਟੀਵੇਟਿਡ ਸਟੈਮਿਨਾ ਬਣਾ ਕੇ ਰੱਖੀਏ ਔਰ ਡੈਫੀਨੇਟਲੀ ਹੋ ਜਾਏਗਾ ਐਗਜ਼ਾਮ। ਵਾਰਿਸ ਭਰਾਵਾਂ ਨੂੰ ਸਦਮਾ, ਪਿਤਾ ਦਿਲਬਾਗ ਸਿੰਘ ਦਾ ਹੋਇਆ ਦੇਹਾਂਤ। ਹੁਸ਼ਿਆਰਪੁਰ ਦੇ ਪਿੰਡ ਹੱਲੋਵਾਲ ਵਿਖੇ ਹੋਇਆ ਅੰਤਿਮ ਸੰਸਕਾਰ। ਰਾਜਨੀਤਿਕ ਤੇ ਸਮਾਜਿਕ ਲੋਕਾਂ ਨੇ ਜਤਾਇਆ ਦੁੱਖ। ਕਹਿਣਾ ਚਾਹੁੰਦਾ ਜੀ, ਜਿਹੜੇ ਮਾਂ ਬਾਪ ਆ ਪਰਮਾਤਮਾ ਤੋਂ ਬਾਅਦ ਉਹ ਬੰਦੇ ਦਾ ਇਸ ਦੁਨੀਆ 'ਤੇ ਸਹਾਰਾ ਆ, ਇਸ ਦੁਨੀਆ 'ਚ ਲਿਆਉਣ ਵਾਲੇ ਆ, ਇਸ ਸੰਸਕਾਰ ਦੇਣ ਵਾਲੇ ਆ। ਸੋ ਸਾਡੇ ਪਿਤਾ ਦਾ ਤੁਰ ਜਾਣਾ ਜਿੱਥੇ ਇੱਕ ਸਾਡੇ ਤਿੰਨਾਂ ਭਰਾਵਾਂ ਲਈ ਇੱਕ ਪਿਤਾ ਜੀ ਦਾ ਘਾਟਾ ਹੈ, ਉੱਥੇ ਸਾਡੇ ਪਿਤਾ ਜੀ ਇੱਕ ਬਹੁਤ ਮਹਾਨ ਫਿਲੋਸਫਰ, ਬਹੁਤ ਮਹਾਨ ਇਨਸਾਨ, ਬਹੁਤ ਮਹਾਨ ਸਾਹਿਤਕਾਰ ਅਤੇ ਨੇਚਰ ਨੂੰ ਪਿਆਰ ਕਰਨ ਵਾਲੇ ਸੀ, ਜਿਨ੍ਹਾਂ ਨੇ ਬਚਪਨ ਤੋਂ ਸਾਨੂੰ ਜੋ ਕੁਛ ਅਸੀਂ ਪੰਜਾਬੀ ਵਿਰਸਾ ਗਾਉਂਦੇ ਹਾਂ, ਜੋ ਸਾਡੀਆਂ ਸੋਚਾਂ ਆ, ਅਸੀਂ ਗਲਤ ਔਰਤ ਦਾ ਸਨਮਾਨ ਕਰਦੇ ਹਾਂ, ਅਸੀਂ ਹੋਰ ਜੋ ਚੰਗੇ ਨਸ਼ਿਆਂ ਦੇ ਵਿਰੁੱਧ ਗਾਉਂਦੇ ਹਾਂ, ਉਹ ਖੁਦ ਨਸ਼ਾ ਨਹੀਂ ਉਹਨਾਂ ਨੇ ਕੀਤਾ ਅਤੇ ਸਾਨੂੰ ਉਹ ਸਿਖਾਵਾਂ ਬਚਪਨ ਤੋਂ ਜੋ ਕੁਛ ਸਿਖਾਇਆ, ਅਸੀਂ ਜੋ ਸਟੇਜ 'ਤੇ ਬੋਲਦੇ ਹਾਂ, ਜਦੋਂ ਅਸੀਂ ਗਾਣਾ ਚੁਣਦੇ ਹਾਂ ਸਾਡੇ ਪਿਤਾ ਜੀ ਸਾਡੇ ਵਿੱਚ ਬੋਲਦੇ ਆ। ਸੋ ਅਸੀਂ ਬਹੁਤ ਅੱਜ ਘਾਟਾ ਮਹਿਸੂਸ ਕਰ ਰਹੇ ਹਾਂ, ਜਿੱਦਾਂ ਅਸੀਂ ਅੱਧੇ ਰਹਿ ਗਏ ਹੁੰਦੇ ਸਾਡੇ ਪਿਤਾ ਜੀ ਦੇ ਜਾਣ ਤੋਂ ਬਾਅਦ। ਬਿਲਕੁਲ, ਸਾਡੇ ਡੈਡੀ ਜੀ ਅਤੇ ਸਾਹ ਦਿਲਬਾਗ ਸਿੰਘ, ਮਨਮੋਹਨ, ਕਮਲ, ਸੰਤਾਰ, ਅਤੇ ਪੰਜਾਬੀ ਜਗਤ ਦੇ, ਪੰਜਾਬੀ ਸੰਗੀਤ ਜਗਤ ਦੇ 3 ਅਨਮੋਲ ਹੀਰੇ,
ਉਹਨਾਂ ਨੂੰ ਜਨਮ ਦੇਣ ਵਾਲੇ ਸਰਦਾਰ ਦਿਲਬਾਗ ਸਿੰਘ ਨੇ ਅੱਜ ਵਿਛੋੜਾ ਦੇ ਗਏ। ਮੈਂ ਉਹ ਪਿਛਲਾ ਰੀਲ ਚੱਲ ਰਹੀ ਸੀ ਦਿਮਾਗ ਵਿੱਚ, ਤੁਹਾਨੂੰ ਪਤਾ ਹੋਣਾ ਸਾਰਿਆਂ ਨੂੰ ਅਕਸਰ ਇੰਟਰਵਿਊ 'ਚ ਮਨਮੋਹਨ ਪਾਹੁਣੀ ਜ਼ਿਕਰ ਕਰਦੇ ਹੁੰਦੇ ਆ ਕਿ ਬਚਪਨ 'ਚੋਂ ਜਿਹੜੀ ਸੰਗੀਤ ਦੀ ਚੇਤਕ ਇਹਨਾਂ ਨੂੰ ਸ਼ਾਇਦ ਓਨੀ ਨਹੀਂ ਸੀ ਜਿੰਨੀ ਡੈਡੀ ਹੋਣਾ ਨੂੰ ਸੀ। ਅਤੇ ਸ਼ੁਰੂ ਤੋਂ ਲੈ ਕੇ ਤਾਲੀਮ ਜਦੋਂ ਚੌਥੀ ਪੰਜਵੀਂ 'ਚ ਪੜ੍ਹਦੇ ਸੀ ਉਦੋਂ ਤੋਂ ਲੈ ਕੇ ਇਹਨਾਂ ਨੂੰ ਮਿਊਜ਼ਿਕ 'ਚ ਪਾਉਣਾ, ਆਪਣੇ ਬੱਚਿਆਂ ਨੂੰ ਮੈਂ ਸਿਖਾਉਣਾ, ਮਿਊਜ਼ਿਕ ਸਿਖਾਉਣਾ। ਅਤੇ ਮੈਂ ਕਿਹਾ ਮਾਲਪੁਰ ਇੱਕ ਸਰਦਾਰ ਗੁਰਬਖਸ਼ ਸਿੰਘ ਹੁੰਦੇ ਸੀਗੇ ਕੀਰਤਨੀਆਂ, ਉਹਨਾਂ ਕੋਲ, ਫਿਰ ਭੰਬਰਾ ਸਾਹਿਬ ਕੋਲ। ਇਹਨਾਂ ਦੀ ਯਾਤਰਾ, ਇਹਨਾਂ ਦੀ ਕਾਮਯਾਬੀ ਜਿਹੜੀ ਤਿੰਨਾਂ ਭਰਾਵਾਂ ਦੀ, ਉਹ 'ਚ ਬਹੁਤ, ਵੈਸੇ ਤਾਂ ਮਾਪਿਆਂ ਦਾ ਸਭ ਤੋਂ ਵੱਡਾ ਯੋਗਦਾਨ ਹੁੰਦਾ ਬੱਚਿਆਂ ਦੇ, ਪਰ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਸੀ। ਸੰਗਰੂਰ ਜੇਲ੍ਹ ਵਿੱਚ ਬੰਦ ਗੈਂਗਸਟਰ ਰਵੀ ਦਿਓਲ ਨੇ ਕੀਤਾ ਫੇਸਬੁੱਕ ਅਕਾਊਂਟ ਅਪਡੇਟ। ਵੱਡੇ ਪੱਧਰ ਤੇ ਜੇਲ੍ਹਾਂ ਵਿੱਚ ਛਾਪੇਮਾਰੀ। ਹੁਸ਼ਿਆਰਪੁਰ ਵਿੱਚ ਲੁਟੇਰਿਆਂ ਵੱਲੋਂ ਪੈਟਰੋਲ ਪੰਪ ਦੇ ਮਾਲਿਕ ਨੂੰ ਗੋਲੀ ਮਾਰ ਕੇ ਕੀਤੀ ਗਈ ਲੁੱਟ। ASI ਦੀ ਭੇਦਭਰੀ ਹਾਲਤ ਵਿੱਚ ਹੋਈ ਮੌਤ। ਸਿਰ ਵਿੱਚ ਲੱਗੀਆਂ 2 ਗੋਲੀਆਂ। ਮਾਮਲਾ ਆਤਮ ਹੱਤਿਆ ਨਾਲੋਂ ਜ਼ਿਆਦਾ ਹੱਤਿਆ ਦਾ ਲੱਗ ਰਿਹਾ ਹੈ। ਬਠਿੰਡਾ ਦੇ ਗੋਨਿਆਣਾ ਮੰਡੀ ਵਿੱਚ ਸੈਕਟਰੀ ਕਲਰਕ ਵੱਲੋਂ ਰਿਸ਼ਵਤ ਲੈਣ ਦਾ ਵੀਡੀਓ ਹੋਇਆ ਵਾਇਰਲ। ਕੈਪਟਨ ਸਿਟੀ ਪਟਿਆਲਾ ਦੀ ਪੁਲਿਸ ਵੱਲੋਂ ਵਿਅਕਤੀ ਦੀ ਸ਼ਰੇਆਮ ਕੁੱਟਮਾਰ ਦੀ ਵੀਡੀਓ ਹੋਈ ਵਾਇਰਲ। ਫਤਿਹਗੜ੍ਹ ਸਾਹਿਬ ਵਿੱਚ ਇਨਸਾਨੀਅਤ ਹੋਈ ਸ਼ਰਮਸਾਰ। 75 ਸਾਲਾ ਬਾਬੇ ਨੇ ਕੀਤਾ 7 ਸਾਲ ਦੀ ਬੱਚੀ ਨਾਲ ਜਬਰ ਜਨਾਹ। ਮਾਧੋਪੁਰ ਵਿੱਚ ਖਸਤਾ ਹਾਲਤ ਵਿੱਚ ਚੱਲ ਰਿਹਾ ਮੋਬਾਈਲ ਵਿੰਗ ਦਾ ਕੰਮਕਾਜ। ਖੁੱਲੀ ਛੱਤ ਹੇਠ ਗੱਲ ਸੜ ਰਿਹਾ ਸਰਕਾਰੀ ਰਿਕਾਰਡ। ਜੀਜੂ ਗਾਣੇ ਕਰਕੇ ਮਿਸ ਪੂਜਾ ਉੱਪਰ ਕੇਸ ਦਰਜ। ਪੂਜਾ ਉੱਪਰ ਦੋਸ਼, ਗਾਣਾ ਫਿਲਮਾਉਣ ਸਮੇਂ ਹਿੰਦੂ ਭਾਵਨਾਵਾਂ ਨੂੰ ਪਹੁੰਚਾਈ ਗਈ ਠੇਸ। ਲੁਧਿਆਣਾ ਪਹੁੰਚੀ ਰਾਖੀ ਸਾਵੰਤ ਨੇ ਬਾਲਮੀਕੀ ਭਾਈਚਾਰੇ ਤੋਂ ਮੰਗੀ ਮੁਆਫੀ। ਭਗਵਾਨ ਬਾਲਮੀਕਿ ਤੇ ਟਿੱਪਣੀ ਕਰਨ ਕਾਰਨ ਰਾਖੀ ਸਾਵੰਤ ਤੇ ਹੋਇਆ ਸੀ ਮਾਮਲਾ ਦਰਜ। ਵੈਬਸਾਈਟ ਹੈਕ ਕਰਨ ਵਾਲੇ ਕਸ਼ਮੀਰੀ ਨੌਜਵਾਨਾਂ ਨੂੰ ਜਲੰਧਰ ਤੋਂ ਕੀਤਾ ਗਿਆ ਕਾਬੂ। ਪੰਜਾਬ ਤੇ ਦਿੱਲੀ ਪੁਲਿਸ ਦੁਆਰਾ ਇਹਨਾਂ ਹੈਕਰਸ ਨੂੰ ਫੜਨ ਲਈ ਕੀਤੇ ਗਏ ਸਾਂਝੇ ਆਪਰੇਸ਼ਨ ਦੀ ਵੀਡੀਓ ਆਈ ਸਾਹਮਣੇ। ਫਗਵਾੜਾ ਵਿੱਚ ਹੋਈ ਹਿੰਸਾ ਦੇ ਵਿੱਚ ਜ਼ਖਮੀ ਹੋਏ ਨੌਜਵਾਨ ਦੀ ਹੋਈ ਮੌਤ। ਛਾਵਣੀ ਵਿੱਚ ਤਬਦੀਲ ਹੋਇਆ ਫਗਵਾੜਾ, ਮੋਬਾਈਲ ਸੇਵਾਵਾਂ ਵੀ ਕੀਤੀਆਂ ਗਈਆਂ ਬੰਦ। ਨੌਜਵਾਨ ਦਾ ਕੀਤਾ ਗਿਆ ਅੰਤਿਮ ਸੰਸਕਾਰ। ਦਲਿਤ ਭਾਈਚਾਰੇ ਨੇ ਸ਼ਾਂਤੀ ਬਣਾਈ ਰੱਖਣ ਦੀ ਕੀਤੀ ਅਪੀਲ। ਸੋ ਇਹ ਸੀ ਪੰਜਾਬ ਇਸ ਹਫਤੇ ਦਾ ਹਾਲ। ਆਵਾਂਗੇ ਅਗਲੀ ਵਾਰ ਨਵੀਆਂ ਖਬਰਾਂ ਤੇ ਟਿੱਪਣੀਆਂ ਦੇ ਨਾਲ। ਬਨੇ ਰਹੋ ਅਜੀਤ ਵੈਬ ਟੀਵੀ ਦੇ ਨਾਲ। ਧੰਨਵਾਦ।